ਅੱਖਾਂ ਦੀ ਰੋਸ਼ਨੀ ਤੋਂ ਸਖਰੇ ਲੋਕ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੀ ਮਰਜ਼ੀ ਨਾਲ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾ ਸਕਣਗੇ ਕਿਉਂਕਿ ਚੰਡੀਗੜ੍ਹ ਦੇ ਇੰਸਟੀਚਿਊਟ ਆਫ ਬਲਾਈਂਡਸ ਵਿੱਚ ਨੇਤਰਹੀਨਾਂ ਲਈ ਬ੍ਰੇਲ ਬੈਲਟ ਪੇਪਰ ਤਿਆਰ ਹੋ ਰਹੇ ਨੇ ਇੱਥੇ 25000 ਦੇ ਕਰੀਬ ਬ੍ਰੇਲ ਬੈਲਟ ਪੇਪਰ ਤਿਆਰ ਕੀਤੇ ਜਾ ਰਹੇ ਨੇ ਉਦਾ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇੰਸਟੀਟਿਊਟ ਆਫ ਬਲਾਈਂਡ ਜਿੱਥੇ ਵਿਸ਼ੇਸ਼ ਤੌਰ ਤੇ ਇਹ ਇੱਥੇ ਉਹਨਾਂ ਲੋਕਾਂ ਲਈ ਜਿਹੜੀ ਹੈ ਬੈਲਟ ਪੇਪਰ ਤਿਆਰ ਕੀਤੇ ਜਾ ਰਹੇ ਨੇ ਇਹ ਜਿਹੜੇ ਕਿ ਅੱਖਾਂ ਤੋਂ ਦੇਖ ਨਹੀਂ ਸਕਦੇ ਲੇਕਿਨ ਉਹ ਸਮਾ ਸਭ ਕੁਝ ਸਕਦੇ ਹੈ ਉਹਨਾਂ ਲਈ ਇੱਕ ਸਪੈਸ਼ਲ ਜਿਹੜਾ ਬਰੇਲ ਇੰਬੋਜ਼ਰ ਹੈਗਾ ਜਿਹੜਾ ਉਹ ਇੱਥੇ ਬੈਲਟ ਪੇਪਰ ਤਿਆਰ ਕਿਤੇ ਜਾ ਰਹੇ ਨੇ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਇਹ ਬੈਲਟ ਪੇਪਰ ਹੈਗਾ ਮੇਰੇ ਹੱਥ ਦੇ ਵਿੱਚ ਜਿਹੜਾ ਕਿ ਵਿਸ਼ੇਸ਼ ਤੌਰ ਤੇ ਜਿਹੜਾ ਕਿ ਇੱਕ ਬਰੇਲ ਦੇ ਵਿੱਚ ਤਿਆਰ ਹੋ ਰਿਹਾ ਹੈ ਬ੍ਰੇਲ ਲਿਪੀ ਉਹ ਲਿਪੀ ਜਿਹੜੀ ਕਿ ਨੇਤਰਹੀਨਾਂ ਦੇ ਲਈ ਇੱਕ ਵਰਦਾਨ ਸਾਬਤ ਹੋਈ ਹੈ ਤੇ ਇਸੇ ਦੇ ਨਾਲ ਉਹ ਆਪਣੀ ਪੜ੍ਹਾਈ ਲਿਖਾਈ ਵੀ ਕਰਦੇ ਨੇ ਬ੍ਰੇਲ ਦੇ ਵਿੱਚ ਜਿਹੜੇ ਕਿ 100% ਜਿਹੜੇ ਨੇਤਰਹੀਨ ਹੈਗੇ ਆ ਉਹਨਾਂ ਲਈ ਇੱਕ ਤਰੀਕੇ ਨਾਲ ਇਹ ਜਿਹੜੀ ਬ੍ਰੇਲ ਲਿਪੀ ਹੈ ਕਾਫੀ ਲਾਹੇਵੰਦ ਸਾਬਤ ਹੁੰਦੀ ਹੈ ਨੇਤਰਹੀਨਾਂ ਲਈ ਜਾਨਣਾ ਚਾਹਵਾਂਗੀ ਜਿਹੜੇ ਤੁਸੀਂ ਬੈਲਟ ਪੇਪਰ ਤਿਆਰ ਕਰ ਰਹੇ ਹੋ ਕੀ ਖਾਸੀਅਤ ਕੀ ਹੈ ਤੇ ਇਹਦੇ ਵਿੱਚ ਕੀ ਕੀ ਮਟੀਰੀਅਲ ਕੀ ਕੀ ਕਿਸ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਕਿਵੇਂ ਜਿਹੜੇ ਬਲਾਈਂਡਸ ਹੈਗੇ ਉਹਨਾਂ ਨੂੰ ਆਪਣੀ ਪਾਂਦੇ ਅਧਿਕਾਰ ਤੋਂ ਜਿਹੜਾ ਉਹਨਾਂ ਨੂੰ ਨਾਲ ਰੱਖਿਆ ਜਾਂਦਾ ਸਰ ਇਹ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਹੈ ਉਪਰਾਲਾ ਕੀਤਾ ਹੈ ਕਈ ਸਾਲਾਂ ਤੋਂ ਜਿੱਦਾਂ ਲੋਕ ਸਭਾ ਦੇ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਉੱਥੇ ਹੁਣ ਪ੍ਰੋਵੀਜ਼ਨ ਦਿੱਤੀ ਵੀ ਹੈ ਵੀ ਕੋਈ ਵੀ ਦਿਵਿਆਂਗ ਜਿਹੜੇ ਵਿਅਕਤੀ ਹੈਗੇ ਆ ਉਹ ਆਪਣਾ ਇੰਡੀਪੈਂਡੈਂਟਲੀ ਆਪਣੀ ਵੋਟ ਕਾਸਟ ਕਰ ਸਕਦੇ ਆ ਵਿਦਾਊਟ ਕਿਸੇ ਦੀ ਹੈਲਪ ਲਿੱਤੇ ਰਏ ਤੇ ਉਸ ਦੇ ਲਈ ਜਿੱਦਾਂ ਹੁਣ ਸਾਡੇ ਕੋਲ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਹੈਗੇ ਉਹਦੇ ਲਈ ਸਾਡੇ ਕੋਲ ਬੈਲਟ ਪੇਪਰ ਸਾਈਟਡ ਬੰਦਿਆਂ ਲਈ ਤਾਂ ਮਸ਼ੀਨਾਂ ਤੇ ਲੱਗ ਜਾਂਦੇ ਈ ਵੀ ਤੇ ਜਿਹੜੇ ਵਿਜ਼ੂਅਲੀ ਚੈਲੈਂਜਡ ਬੰਦੇ ਹੈਗੇ ਉਹਨਾਂ ਨੂੰ ਬਰੇਲ ਚ ਪ੍ਰੋਵਾਈਡ ਕਰਾਉਣ ਦਾ ਪ੍ਰੋਵੀਜ਼ਨ ਹੈਗੀ ਹੈ ਉਹਦੇ ਲਈ ਸਾਡੇ ਕੋਲ ਆਰਡਰ ਆਇਆ ਹੈ ਜਿਹੜਾ ਅਸੀਂ ਹੁਣ 13 ਤਰੀਕ ਤੱਕ ਸਾਰਾ ਬਣਾ ਕੇ 27250 ਸ਼ੀਟਾਂ ਦਾ ਸਾਡੇ ਕੋਲ ਆਰਡਰ ਆਇਆ ਜੀ ਉਹ ਅਸੀਂ 13 ਤਰੀਕ ਤੱਕ ਪੋਜੀਟਿਵਲੀ ਬਣਾ ਕੇ ਉਹਨਾਂ ਨੂੰ ਅਸੀਂ ਹੈਂਡ ਓਵਰ ਕਰਨਾ ਹੈ ਜੀ ਵੱਖਰੀ ਵੱਖਰੀ ਜਿਹੜੀਆਂ ਕਨਸਿਸਟੈਂਸੀਆਂ ਤੋਂ ਸਾਡੇ ਕੋਲ ਟੀਮਾਂ ਆਣ ਗਈਆਂ ਉਹ ਲੈ ਕੇ ਜਾਣਗੇ ਉਹਦੇ ਨਾਲ ਈਵੀਐਮ ਮਸ਼ੀਨ ਤੇ ਸਟicker ਸ਼ੀਟਾਂ ਵੀ ਜਿੱਥੇ 16 ਤੋਂ ਵੱਧ ਕੈਂਡੀਡੇਟ ਹੋ ਜਾਂਦੇ ਆ ਉਹ ਸਟicker ਸ਼ੀਟਾਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਤਾਂ ਕਿ EVM ਮਸ਼ੀਨ ਤੇ ਨੰਬਰ ਜਿਹੜਾ ਹੈਗਾ ਉਹ ਵੀ ਬਰੇਲ ਦੇ ਵਿੱਚ ਲੱਗ ਸਕੇ ਅਸੀਂ ਇੱਕ ਵਾਰ ਇਹ ਮਸ਼ੀਨ ਬਾਰੇ ਜਾਨਣਾ ਚਾਹਾਂਗੇ ਇਹ ਕਿੱਥੋਂ ਇੰਪੋਰਟ ਹੋਈ ਹੈ ਕਿ ਇੰਡੀਆ ਦੇ ਵਿੱਚ ਹੀ ਇੰਪੋਰਟ ਤੋਂ ਹੀ ਕੀਤੀ ਗਈ ਹੈ ਹਾਂਜੀ ਇਹ ਸਰ ਇਹਦੇ ਡਿਸਟ੍ਰੀਬਿਊਟ ਹੈਗੇ ਆ ਦੇਰਾਦੂਨ ਚ ਵੀ ਆ ਬੰਬੇ ਚ ਵੀ ਹੈਗੇ ਬਟ ਇਹ ਸਾਰੀਆਂ ਇੰਪੋਰਟਡ ਮਸ਼ੀਨਾਂ ਆ ਜੀ ਇਹ ਜਿੱਦਾਂ ਸਾਡੇ ਕੋਲ ਸਮਾਲ ਵਰਜ਼ਨ ਵੀ ਹੈਗੇ ਆ ਤੇ ਇਹ ਇਹ ਜਿਹੜੀ ਮਸ਼ੀਨ ਹੈਗੀ ਇੰਡੈਕਸ ਬਰੇਲ ਦੀ ਇਹ ਸਵੀਡਨ ਤੋਂ ਇੰਪੋਰਟ ਹੋਈ ਹੈ ਜੀ ਓਕੇ ਤੇ ਇਹਦੇ ਵਿੱਚ ਜਿੱਦਾਂ ਇਹ ਅਸੀਂ ਚਾਰ ਪ੍ਰਿੰਟਰ ਇਹਦੇ ਵਿੱਚ ਉਹਨਾਂ ਨੇ ਸਿੰਗਲ ਯੂਨਿਟ ਚ ਇੰਸਟਾਲ ਕੀਤੇ ਹੋਏ ਇਹ 1000 ਪੇजेस ਵੀ ਵਿਦਨ 1 ਆਵਰ ਦੇ ਕੱਢ ਸਕਦੀ ਹੈ ਡਿਪੈਂਡ ਕਰਦਾ ਹੈ ਮੈਟਰ ਕਿੰਨਾ ਹੈ ਜਾਂ ਕਿਦਾਂ ਹੈਗਾ ਤੇ ਕੰਟੀਨਿਊਸ ਬਰੇਲ ਪੇਪਰ ਸਪੈਸ਼ਲ ਪੇਪਰ ਹੁੰਦਾ ਜਿਹੜਾ ਯੂਜ਼ ਹੁੰਦਾ ਇਹ ਕੋਈ 20-25 ਲੱਖ ਰੁਪਏ ਦੀ ਮਸ਼ੀਨ ਹੈਗੀ ਜੀ ਸਾਨੂੰ ਇੱਥੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹ ਮਤਲਬ ਡੋਨੇਸ਼ਨ ਚ ਪ੍ਰੋਵਾਈਡ ਕਰਵਾਈ ਸੀ ਹਾਂਜੀ ਤੇ ਇਹਦੀ ਹੈਲਪ ਨਾਲ ਅਸੀਂ ਬਰੇਲ ਬੈਲਡ ਪੇਪਰ ਵਗੈਰਾ ਬੱਚਿਆਂ ਦੀਆਂ ਆਪਣੀਆਂ ਬੁੱਕਸ ਵਗੈਰਾ ਸਾਰੇ ਨੋਟਸ ਵਗੈਰਾ ਡੇ ਟੂ ਡੇ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਹੈਗੀਆਂ ਨੋਟਸ ਬਣਾਉਣੇ ਉਹ ਸਾਰੇ ਇੱਥੇ ਅਸੀਂ ਹਿੰਦੀ ਪੰਜਾਬੀ ਤੇ ਇੰਗਲਿਸ਼ ਤਿੰਨੇ ਲੈਂਗੁਏਜਸ ਵਿੱਚ ਬਣਾ ਕੇ ਦੇ ਦਿੰਦੇ ਹਾਂ ਸਭ ਤੋਂ ਪਹਿਲੇ ਹਮੇ ਬੜੀ ਖੁਸ਼ੀ ਹੈ ਕਿ ਜੋ ਲੋਕ ਵਿਜੂਅਲੀ ਚੈਲੈਂਜਡ ਹੈ ਜੋ ਲੋਕ ਦ੍ਰਿਸ਼ਟੀਬਾਧਿਤ ਹੈ ਉਹਨ ਲੋਕੋ ਇਕਵਲ ਅਪੋਰਚ्युनिटी और फुल पार्टिसिपेशन ताकि वो अपने आप को इम्पावर महसूस करें अपने आप को सशक्त करें तो ये जो गवर्नमेंट ऑफ इंडिया ने जो इलेक्शन कमीशन ने जो फैसला लिया है ये बहुत ही प्रशंसनीय है और पंजाब सरकार इस बारे में बहुत ही अच्छा काम कर रही है ये जो वैलिड पेपर ये ब्रेल में छप रहा है इसको जैसे मैं ब्रेल उसका प्रूफ रीडिंग करता हूँ तो मेरे साथ में श्री सुरेंद्र शर्मा जी बैठे हुए हैं उसके पास इंक प्रिंट है तो उसका एग्जैक्ट वर्जन हम जो उसको टैली करते हैं कि जो नाम वहाँ पे लिस्ट में आया है वही नाम जो ब्रेल में होना चाहिए और इससे क्या होता है कि जो दृष्टिबाधित है उसको अपने आप में महसूस होता है कि मुझे इक्वल अपॉर्चुनिटी मिल रही है उसका मान सम्मान होता है और वो भी अपने आप को लोकतंत्र का एक अभिन्न अंग समझ करके अपने मत का जो है वही पर करता है जो एक राष्ट्रपति या प्रधानमंत्री या जो, जो बड़े से बड़ा आदमी करता है वही पावर उनको दे दी गई है 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 और इसको बनाने में ज्यादा टाइम नहीं लगता है, वो है जो उसका ट्रांसक्रिप्शन करना है, उसको ब्रेल आउटपुट करना है तो यह बहुत अच्छा एक प्रकार से माध्यम है कि उन लोगों तक पहुंचा जाए तो इसमें एक कॉन्फिडेंस भी बढ़ता है जो बिल्कुल बिल्कुल सही बात बताया आपने देखो जी टू प्रोवाइड एक्सेसिबिलिटी सभी को सुगम्य और सरल और जो इक्वल पार्टिसिपेशन सौभाग्यता का जो जो प्रतीक है वो महसूस होता है और हम तो ये कहते हैं कि माना कि अंधेरा घना है मगर दिया जलाना कहाँ मना है माना कि अंधेरा घना है मगर दिया जलाना कहाँ मना है जिंदगी लगाओ किसी के लिए एक प्यार का हाथ तो बढ़ाओ किसी के लिए घर में आपके उजाला हो जाएगा एक दिया तो जलाओ किसी के लिए तो यदि हम अपने मत का प्रयोग करेंगे इफ ही एक्सरसाइज आठ Democratic right. So I think we can have a winning candidate. If there's a capable and a very dynamic candidate, the government will be more forceful to bring a dynamic change in the state. Chandigarh to cameraman Sumit Kaleer Denal, Ankush Mahajan, PTC News.